ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਨਗਰ ਕੌਂਸਲ ਬੱਸੀ ਪਠਾਣਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਗੈਰ ਹਾਜ਼ਰ ਪਾਇਆ ਗਿਆ। ਇਸ ਸੰਬੰਧੀ ਗੱਲਬਾਤ ਕਰਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਨਗਰ ਕੌਂਸਲ ਬੱਸੀ ਪਠਾਣਾ ਦੇ ਵਿੱਚ ਉਹ ਦਫ਼ਤਰ ਮਿਲਦੇ ਨਹੀਂ ਹਨ, ਜਿਸ ਕਰਕੇ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਨਗਰ ਕੌਂਸਲ ਬੱਸੀ ਪਠਾਣਾ ਦੀ ਨਗਰ ਕੌਂਸਲ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੇ ਵਿੱਚ ਹੀ ਉਹ ਹਾਜ਼ਰ ਨਹੀਂ ਪਾਏ ਗਏ, ਜਿਸ ਦੇ ਸੰਬੰਧੀ ਉਹਨਾਂ ਨੇ ਲਿਖਤੀ ਤੌਰ ਤੇ ਵੀ ਵਿਭਾਗ ਨੂੰ ਭੇਜਿਆ ਹੈ। ਅਕਸਰ ਆਈਦਾ ਜੀ ਨਗਰ ਕੌਂਸਲ ਮੇਰੇ ਹਲਕੇ ਦੇ ਬਸੀ ਪਠਾਣਾ ਦੀ ਨਗਰ ਕੌਂਸਲ ਹੈ। ਸੋ ਅੱਜ ਕਈ ਦਿਨ ਤੋਂ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਯੂ ਸਾਹਿਬ ਜਿਹੜੇ ਆਉਂਦੇ ਘੱਟ ਨੇ ਜਾਂ ਟਾਈਮ ਸਿਰ ਨਹੀਂ ਆਉਂਦੇ। ਸੋ ਮੈਂ ਸੋਚਿਆ ਚਲੋ ਕਈ ਵਾਰੀ ਠੰਡ ਠੁੰਡ ਦਾ ਸਮਾਂ ਹੁੰਦਾ ਬੰਦਾ ਲੇਟ ਫੇਟ ਹੋ ਜਾਂਦਾ, ਬਟ ਅੱਜ ਮੈਨੂੰ ਜਦੋਂ ਮੈਂ ਕਿਹਾ ਚਲੋ ਆਪਾਂ ਦੇਖੀਏ ਜਾ ਕੇ ਲੋਕ ਜੋ ਕਹਿੰਦੇ ਨੇ ਕਿ ਉਹ ਸਹੀ। ਅੱਜ ਮੈਂ 3 ਵਜੇ ਇੱਥੇ ਪਹੁੰਚਿਆ ਅਤੇ ਯੂ ਸਾਹਿਬ ਨਹੀਂ ਸੀਗੇ। ਮੈਂ ਉਹਦੇ ਬਾਰੇ ਲਿਖਤੀ ਵੀ ਦੇ ਚੁੱਕਿਆ ਡਿਪਾਰਟਮੈਂਟ ਨੂੰ, ADC ਸਾਹਿਬ ਨੂੰ, ਕਿ ਇਹ ਦਿੱਕਤ ਜਿਹੜੀ ਹੈ ਸ਼ਾਇਦ, ਕਿਉਂਕਿ ਜਦੋਂ ਆਪਾਂ ਔਫਿਸਰ ਆਪਣੀ ਚੇਅਰ 'ਤੇ ਨਹੀਂ ਹੁੰਦਾ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੈਂਡਿੰਗ ਰਹਿ ਜਾਂਦੇ ਨੇ। ਉਹ ਸਾਨੂੰ ਬੜੀ ਦਿੱਕਤ ਆਉਂਦੀ ਇਸ ਗੱਲ ਦੀ, ਪਹਿਲਾਂ ਵੀ ਸਾਨੂੰ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ। ਤੁਸੀਂ ਦੇਖਿਆ ਹੋਊਗਾ, ਪਤਾ ਨਹੀਂ ਮੈਂ ਤਾਂ SDM ਸਾਹਿਬ ਵੀ ਨਾਲ ਸੀਗੇ ਅੱਜ, ਉਹਨਾਂ ਨੂੰ ਵੀ ਮੈਂ ਕਹਿੰਦਾ ਸੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਜੋਬ ਮਿਲੀ ਆਪਾਂ ਕੰਮ ਕਰਦੇ ਹਾਂ ਤਾਂ ਛੁੱਟੀ ਕਿਉਂ, ਜਾਂ ਮੰਨ ਲਓ ਲੇਟ ਕਿਉਂ। ਆਪਾਂ ਕਹਿ ਦਈਏ ਚਲੋ ਫਿਰ ਵੀ ਅੱਧਾ ਘੰਟਾ ਬੰਦਾ ਕਰ ਲੈਂਦਾ, ਅੜੀ ਕਰ ਲੈਂਦਾ, ਬਸ ਜਦੋਂ ਤੁਸੀਂ 3 ਵਜੇ ਵੀ ਮਾਰ ਕੇ ਦੇਖਿਆ ਉੱਥੇ ਨਹੀਂ ਸੀਗੇ। ਸੋ ਉਹਨਾਂ ਬਾਰੇ ਜਿੱਦਾਂ ਜ਼ਰੂਰ ਜਵਾਬ ਦਿੱਤੀ ਉਹ ਜੀ, ਉਹ ਵੀ ਮੈਂ ਉਹੀ ਕਹਿ ਰਿਹਾ ਵੀ ਜਦੋਂ ਘਰ ਦਾ ਮੁਖੀ ਘਰ ਨਾ ਹੋਵੇ ਤਾਂ ਥੱਲੇ ਵੀ ਡਰ ਘੱਟ ਜਾਂਦਾ। ਸੋ ਇੱਥੇ ਯੂ ਸਾਹਿਬ ਨਾ ਹਾਜ਼ਰੀ ਪ੍ਰੋਪਰ ਹੋਣ ਕਰਕੇ ਪਹਿਲਾਂ ਇੱਥੇ ਸਾਡੇ ਕੋਲ ਅਡੀਸ਼ਨਲ ਚਾਰਜ ਦਾ ਜਿਹੜੇ JEE ਸਾਹਿਬ ਦਾ ਅਡੀਸ਼ਨਲ ਚਾਰਜ ਹੈਗਾ, ਜਾਂ ਅਸੀਂ ਭੇਜ ਦਿੰਦੇ ਸੀਗੇ ਉੱਥੇ ਚੈੱਕ ਸਾਈਨ ਨੂੰ, ਜਾਂ ਮੰਨ ਲਓ ਉਹ ਆ ਜਾਂਦੇ ਸੀ ਇੱਥੇ, ਯੂ ਸਾਹਿਬ ਨਾ ਆਉਣ ਕਰਕੇ ਤਾਂ ਉਹ ਦਿੱਕਤਾਂ ਜਿਹੜੀਆਂ ਸਾਨੂੰ ਆ ਗਈਆਂ। ਕਾਫੀ ਫੋਰਮ ਸੀਗੇ ਅਤੇ ਮੈਂ ਅੱਜ ਕੀਤੀ ਹੈਗੀ ਆ ਜੀ ਸਾਹਿਬ ਨਾਲ ਗੱਲ ਕਿ ਤੁਸੀਂ ਇੱਕ ਦਿਨ ਪੱਕਾ ਮੰਗਲਵਾਰ ਦਾ ਇੱਥੇ ਲਾਓ, ਜਿਹੜੀਆਂ ਪਿੰਡ ਐਸ ਸੀ ਨੇ ਉਹ ਜਲਦੀ ਤੋਂ ਜਲਦੀ ਕਲੀਅਰ ਕੀਤੀਆਂ ਜਾਣ। ਸੋ ਇਹ ਸਾਰਾ ਅੱਜ ਹੀ ਧਿਆਨ 'ਚ ਆਇਆ ਸੀ, ਜਲਦੀ ਕਰ।